ਹੈਲੋ एवरीवन वेलकम बैक टू चैनल हाउ टू सिंपलीफाई एजुकेशन ਇਸ ਚੈਨਲ ਤੇ ਤੁਹਾਨੂੰ ਮਿਲਣਗੇ ਪੀਐਸਟੈਟ ਐਗਜ਼ਾਮ ਨਾਲ ਰਿਲੇਟਡ ਸਾਰੇ ਇੰਪੋਰਟੈਂਟ ਨੋਟਸ ਤੇ ਇਹ ਨੋਟਸ ਤੁਸੀਂ ਚੈਨਲ ਦੀ ਪਲੇਲਿਸਟ ਜਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਇਹ ਸਾਰੇ ਨੋਟਸ ਵੇਖ ਸਕਦੇ ਹੋ ਇਸ ਤੋਂ ਇਲਾਵਾ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਵੀ ਤੁਸੀਂ ਇਹ ਨੋਟਸ ਵੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਵੇਂ ਕਿ ਪੀਐਸਟੈਟ ਐਗਜ਼ਾਮ ਨਾਲ ਰਿਲੇਟਡ ਸਾਰੀਆਂ ਅਪਡੇਟਸ ਉਸ ਰੈਗੂਲਰ ਤੁਹਾਨੂੰ ਪਹੁੰਚਾਉਂਦੇ ਹਾਂ ਤੇ ਜੋ ਨਵੀਂ ਅਪਡੇਟ ਨਿਕਲ ਕੇ ਆ ਰਹੀ ਹੈ ਜੀ ਇਹ ਐਡਮਿਟ ਕਾਰਡ ਨਾਲ ਰਿਲੇਟਡ ਨਿਊ ਅਪਡੇਟ ਆਈ ਹੈ ਤੇ ਨਵੀਂ ਅਪਡੇਟ ਇਹ ਹੈ ਜੀ ਐਡਮਿਟ ਕਾਰਡ ਆ ਚੁੱਕੇ ਹਨ ਜੋ ਪੀਐਸਟਾਟਾ ਐਗਜ਼ਾਮ ਹੈ ਉਹ 24 ਤਰੀਕ ਨੂੰ ਹੋਵੇਗਾ 24 ਤਰੀਕ 24 12 ਫਰਾਈਡੇ ਨੂੰ ਇਹ ਐਗਜ਼ਾਮ ਹੋਵੇਗਾ ਅਬ ਆਪਾਂ ਐਡਮਿਟ ਕਾਰਡ ਦੇਖ ਲੈਂਦੇ ਹਾਂ ਕਿਵੇਂ ਡਾਊਨਲੋਡ ਕਰਨੇ ਹਨ ਕਈ ਕੈਂਡੀਡੇਟਸ ਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਆਪਾਂ ਪੂਰਾ ਪ੍ਰੋਸੈਸ ਦੇਖ ਲੈਂਦੇ ਹਾਂ ਕਿ ਐਡਮਿਟ ਕਾਰਡ ਕਿਸ ਤਰ੍ਹਾਂ ਡਾਊਨਲੋਡ ਕਰਨਾ ਹੈ 24 ਤਰੀਕ ਨੂੰ ਐਗਜ਼ਾਮ ਹੋਵੇਗਾ 24 12 ਨੂੰ ਸਭ ਤੋਂ ਪਹਿਲਾਂ ਜਾਣਾ ਹੈ ਅਫੀਸ਼ੀਅਲ ਵੈਬਸਾਈਟ ਤੇ ਅਫੀਸ਼ੀਅਲ ਵੈਬਸਾਈਟ ਹੈ psat.pseb.ac.in ਸਾਈਟ ਥੋੜੀ ਬਿਜੀ ਕਰ ਚੱਲ ਰਹੀ ਆ ਤੁਸੀਂ ਰੀ ਲੋਡ ਕਰ ਲੈਣਾ ਵਾਰ-ਵਾਰ ਫਿਰੇ ਸਾਈਟ ਓਪਨ ਹੋ ਜਾਂਦੀ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਆਵੇਗਾ ਜੇ ਦੇ ਵਿੱਚ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਇੰਟਰ ਕਰਨਾ ਹੈ ਤੇ ਉਸ ਤੋਂ ਬਾਅਦ ਸੱਟ ਕਰ ਦੇਣਾ ਹੈ ਤੁਹਾਨੂੰ ਤੁਹਾਡਾ ਐਡਮਿਟ ਕਾਰਡ ਮਿਲ ਜਾਵੇਗਾ ਜਿਵੇਂ ਕਿ ਅਸੀਂ ਤੁਹਾਨੂੰ ਇੱਕ ਐਡਮਿਟ ਕਾਰਡ ਦਿਖਾ ਦਿੰਦੇ ਹਾਂ ਜੋ ਅਸੀਂ ਡਾਊਨਲੋਡ ਕੀਤਾ ਹੈ ਇਹ ਤੁਸੀਂ ਦੇਖ ਸਕਦੇ ਹੋ 24 ਤਰੀਕ ਨੂੰ ਐਗਜ਼ਾਮ ਹੋਵੇਗਾ ਜੋ ਰਿਪੋਰਟਿੰਗ ਟਾਈਮ ਹੈ ਉਹ ਹੈ 9:30 ਵਜੇ ਦਾ ਤੇ ਟਾਈਮ ਆਫ एग्जाम ਹੈ 10 ਵਜੇ ਤੋਂ ਲੈ ਕੇ 12:30 ਵਜੇ ਤੱਕ ਦਾ ਤੇ ਬਾਕੀ ਜੋ एग्जाम ਸੈਂਟਰ ਹਨ ਉਹ ਨੇੜੇ ਹੀ ਬਣੇ ਹਨ 50-60 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹਨਾਂ ਕੈਂਡੀਡੇਟਸ ਦਾ ਰੋਲ ਨੰਬਰ ਆਇਆ ਹੈ ਬਾਕੀ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਅਸੀਂ ਡਾਇਰੈਕਟ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੁਸੀਂ ਉਸ ਲਿੰਕ ਤੇ ਕਲਿੱਕ ਕਰੋਗੇ ਤੇ ਤੁਹਾਨੂੰ ਡਾਇਰੈਕਟ ਲਿੰਕ ਮਿਲ ਜਾਵੇਗਾ ਐਡਮਿਟ ਕਾਰਡ ਡਾਊਨਲੋਡ ਕਰਨ ਦਾ ਇੱਕ ਦੋ ਵਾਰੀ ਰੀਲੋਡ ਕਰ ਲੈਣਾ ਉਸ ਲਿੰਕ ਨੂੰ ਤੇ ਓਪਨ ਹੋ ਜਾਵੇਗਾ ਤੇ ਉਹ ਜਿੱਥੇ ਤੁਸੀਂ ਆਪਣੇ ਐਡਮਿਟ ਕਾਰਡ ਬੜੇ ਆਸਾਨੀ ਨਾਲ ਡਾਊਨਲੋਡ ਕਰ ਸਕੋਗੇ ਫਿਰ ਵੀ ਜੇਕਰ ਤੁਹਾਨੂੰ ਕੋਈ ਐਡਮਿਟ ਕਾਰਡ ਦੇ ਡਾਊਨਲੋਡ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਆਪਾਂ ਇਨਸਟਰਕਸ਼ਨਸ ਦੇਖ ਲੈਂਦੇ ਹਾਂ ਕਿਹੜੀਆਂ-ਕਿਹੜੀਆਂ ਇਨਸਟਰਕਸ਼ਨਸ ਦੱਸੀਆਂ ਗਈਆਂ ਹਨ ਇਨਸਟਰਕਸ਼ਨਸ ਦੇ ਵਿੱਚ ਦੱਸਿਆ ਗਿਆ ਹੈ ਕੋਵਿਡ-19 ਦੀਆਂ ਜੋ ਪ੍ਰੋਟੋਕੋਲਸ ਹਨ ਉਹਨਾਂ ਦਾ ਪਾਲਣ ਕਰਨਾ ਹੈ। ਐਗਜ਼ਾਮ ਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੋਵੇਗੀ। ਤੇ ਜੋ ਪੈਨ ਹੈ ਉਹ ਸੈਂਟਰ ਵੱਲੋਂ ਹੀ ਉੱਥੇ ਤੁਹਾਨੂੰ ਪ੍ਰੋਵਾਈਡ ਕੀਤਾ ਜਾਵੇਗਾ। ਜੋ ਬਾਲ ਪੈਨ ਹੈ ਉੱਥੇ ਹੀ ਪ੍ਰੋਵਾਈਡ ਕੀਤਾ ਜਾਵੇਗਾ। ਜੋ OMR ਸ਼ੀਟਾਂ ਉਹ ਤੁਸੀਂ ਹੈਂਡਓਵਰ ਕਰਕੇ ਆਉਣੀ ਹੈ ਤੇ ਉਸ ਦਾ ਜੋ ਕਾਰਬਨ ਕਾਪੀ ਹੈ ਉਹ ਤੁਸੀਂ ਲਿਆ ਸਕਦੇ ਹੋ। ਅਟੈਂਡੈਂਸ ਸ਼ੀਟ ਤੇ ਤੁਸੀਂ ਸਾਈਨ ਜਰੂਰ ਕਰਕੇ ਆਉਣੇ ਹਨ। ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਜੋ ਅਟੈਂਡੈਂਸ ਸ਼ੀਟ ਹੈ ਉਸ ਤੇ ਸਾਈਨ ਕਰਕੇ ਆਉਣੇ ਆ। ਤਾਂ ਇਹ ਸਨ ਜੀ ਪੇਪਰ ਨਾਲ ਰਿਲੇਟਡ ਜੋ ਅਪਡੇਟਸ ਇਹ ਜੋ ਰੋਲ ਨੰਬਰ ਸੀ ਡਾਊਨਲੋਡ ਕੀਤਾ ਹੈ ਇਹ ਪੀਐਸਟੈਟ ਪੇਪਰ 1 ਲਈ ਹੈ। ਤੇ ਇਹਦੇ ਵਿੱਚ ਦੱਸਿਆ ਗਿਆ ਜੋ ਟਾਈਮ ਹੈ ਸਵਾ 9 ਵਜੇ ਦਾ ਰਿਪੋਰਟਿੰਗ ਟਾਈਮ ਹੈ ਤੇ 10 ਤੋਂ 12:30 ਵਜੇ ਤੱਕ ਇਹ ਐਗਜ਼ਾਮ ਹੋਵੇਗਾ। ਬਾਕੀ ਪੀਐਸਟੈਟ ਪੇਪਰ 2 ਲਈ ਤੁਸੀਂ ਦੇਖ ਲੈਣਾ ਰੋਲ ਨੰਬਰ ਡਾਊਨਲੋਡ ਕਰਕੇ ਕਿਸ ਤਰ੍ਹਾਂ ਦਾ ਸ਼ਡਿਊਲ ਆ ਰਿਹਾ ਹੈ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ PSAT exam ਨਾਲ ਰਿਲੇਟਡ ਅਸੀਂ ਰੈਗੂਲਰ ਨੋਟਸ ਪ੍ਰੋਵਾਈਡ ਕਰਾਂਗੇ ਤੇ ਇਹਨਾਂ ਸਾਰੀਆਂ ਅਪਡੇਟਸ ਦਾ ਤੇ ਨੋਟਸ ਦੇ ਸਬੰਧ ਦੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ